शहर कसूर है दूर मेरे लई ते तेरे लई न कुदर होए साडे नालों पंछी चंगे भावें इधर जान जा उधर ਹਿੰਦੁਸਤਾਨ ਹੋ ਗਏ ਉੱਥੇ ਉੱਥੇ ਮਾਰਾ ਵੱਡੀ ਇੱਧਰ ਜੱਟਾਂ ਦੀ ਮੁਸਲਮਾਨ ਕਰਦੇ ਸਨ ਅਤੇ ਉੱਧਰ ਉਹ ਸਾਡੀ ਕਰਦੇ ਸਨ ਉਦੋਂ ਨਹੀਂ ਸੀ ਦੀਦ ਮਰੀਜ਼ ਦਾ ਕੋਈ ਪੁੱਤ ਵੇਖ ਖਿੱਦੂ ਅਤੇ ਕੁੜੀਆਂ ਪਈਆਂ ਕਿੱਦਾਂ ਸਨ ਬੋਲੋ ਤਾਂ ਲੀਰਾ ਸਾਡੇ ਨਾਲੋਂ ਚੰਗੇ ਨੇ ਜਨੋਰੋਏ ਹਮੀਦਿਆ ਹੁਣ ਉੱਥੇ ਇੰਨੀ ਉਮਰ ਹੰਡਾਈ ਬੜਾ ਉੱਥੇ ਕਰਦਾ ਵੇਖਣ ਨੂੰ ਦੇਰ ਬੜਾ ਕਰਦਾ ਆਪਣਾ ਮੁਲਕ ਜਿਹੜਾ ਨਾ ਆਉਂਦੇ ਨਾ ਬਾਬਲਾ ਮੈਂ ਤੇਰੇ ਕੋਲ ਇੱਕ ਮਿੱਟੀ ਦੀ ਮੁੱਠ ਲੈ ਮੈਂ ਕੁਛ ਲੈਣ ਲਈ ਮੈਂ ਮਿੱਟੀ ਦੀ ਮੁੱਠ ਮੈਂ ਨਾ ਸਿਰਫ ਮੈਂ ਤੁਹਾਡੇ ਕਬਰਸਤਾਨ ਵੇਖਣ ਆਈ ਹਾਂ ਵੇਖੇ ਨਾ ਮਾਰ ਕੇ ਉਡਾਰੀ ਉਸ ਕਰਦਾ ਕੇ ਦੁਆਵਾਂ ਨੇ ਮੈਂ ਉਹਦਾ ਦੇਣ ਨਹੀਂ ਦੇ ਸਕਦੀ ਮੈਂ ਉਹਦਾ ਸਾਨ ਨਹੀਂ ਦੇ ਮੈਂ ਉਹਦਾ ਫਰਜ ਅਦਾ ਕਰ ਸਕਦੀ ਨਹੀਂ ਜੋ ਕੁਛ ਅੱਲਾਹ ਤਾਲਾ ਰਹਿਮ ਤੱਕ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਕੋਈ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਵੇ ਬਿਨਾਂ ਵੀਜ਼ਾ ਜਾਂਦੇ ਨੇ ਹੋਏ ਬਿਨਾਂ ਵੀਜ਼ਾ ਜਾਂਦੇ ਨੇ ਬਿਨਾਂ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੋਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੋਰ ਓਏ ਹਮੀਦਿਆ ਅਸਲਾਮ ਵਾਲੇਕਮ ਪੰਜਾਬੀ ਲਹਿਰ ਦੀ ਟੀਮ ਆਲ ਓਵਰ ਦਾ ਪੰਜਾਬ ਜਿੱਥੇ ਵੱਖ ਵੱਖ ਥਾਵਾਂ 'ਤੇ ਜਾ ਕੇ ਜਿਹੜੇ 1947 ਦੀ ਵੰਡ ਵੇਲੇ ਜਿਹੜੇ ਲੋਕ ਮਾਈਗ੍ਰੇਸ਼ਨ ਕਰਕੇ ਚੜ੍ਹਦੇ ਪੰਜਾਬ ਤੋਂ ਲੈਂਦੇ ਅਤੇ ਲੈਂਦੇ ਪੰਜਾਬ ਤੋਂ ਚੜ੍ਹਦੇ ਚਲੇ ਗਏ ਉਹਨਾਂ ਦੀ ਉਹਨਾਂ ਸਟੋਰੀਜ਼ ਨੂੰ ਕਲੈਕਟ ਕਰਕੇ ਤੁਹਾਡੇ ਰੂਬਰੂ ਹਾਜ਼ਰ ਹੋਈ ਦਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਝੂਰ ਕੋਟਲੀ ਸਾਂਗਲਾ ਹਿੱਲ ਡਿਸਟ੍ਰਿਕਟ ਨਨਕਾਣਾ ਸਾਹਿਬ ਅੰਮਾ ਜੀ ਨਿਆਮਤ ਬੀਬੀ ਦੇ ਕੋਲ ਜਿਹੜੇ ਗੁਰਦਾਸਪੁਰ ਬਟਾਲੇ ਤੋਂ ਉੱਠ ਕੇ ਆਏ ਨੇ ਅਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਪੁੱਛਦੇ ਉਹਨਾਂ ਦੇ ਕੋਲੋਂ ਉਹਨਾਂ ਉਸ ਟਾਈਮ ਦੇ ਉਸ ਸਮੇਂ ਦੇ ਹਾਲਾਤਾਂ ਬਾਰੇ ਕੀ ਹਾਲਾਤ ਸਨ ਕਿਵੇਂ ਹੋਇਆ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਅਸਲਾਮ ਵਾਲੇਕੁਮ ਆ ਜੀ ਵਾਲੇਕੁਮ ਸਲਾਮ ਅੰਮਾ ਜੀ ਪਹਿਲਾਂ ਤਾਂ ਤੁਸੀਂ ਦੱਸ ਦਿਓ ਆਪਣਾ ਨਾਂ ਤੁਹਾਡਾ ਕੀ ਆ ਨਿਆਮਤ ਬੀਬੀ ਨਿਆਮਤ ਬੀਬੀ ਅਤੇ ਤੁਹਾਡੇ ਅੱਬਾ ਜੀ ਦਾ ਮੇਰਾ ਅੱਬਾ ਜੀ ਦਾ ਨਾਮ ਗੁਲਾਮ ਸਰਵਰ ਗੁਲਾਮ ਸਰਵਰ ਠੀਕ ਅਤੇ ਕਿੱਥੇ ਪਿੱਛੋਂ ਆਪਾਂ ਕਿੱਥੋਂ ਬਿਲੋਂਗ ਕਰਦੇ ਕਿੱਥੋਂ ਆਏ ਹੋ ਤੁਸੀਂ ਇੰਡੀਆ ਤੋਂ ਉੱਠ ਕੇ ਇੰਡੀਆ ਤੋਂ ਅਸੀਂ ਆਏ ਹਾਂ ਸਾਡਾ ਪਿੰਡ ਸੀ ਚੰਦਕੇ ਹਾਂਜੀ ਸਾਡੇ ਕੋਲ 3 ਕਮੀਲ ਸੀ ਬਟਾਲਾ ਅੱਛਾ ਪਿੰਡ ਚੰਦਕੇ ਆਹੋ ਅਤੇ ਜਿਹੜਾ ਇਹਨਾਂ ਦਾ ਆਇਆ ਨਾ ਮੇਰੇ ਪੇਕਿਆਂ ਦਾ ਚੰਦਕੇ ਸੀ ਅਤੇ ਅੱਗੇ ਸੀ ਖਾਨ ਫੱਤਾ ਠੀਕ ਅੱਛਾ ਪੇਕਿਆਂ ਦਾ ਚੰਦਕੇ ਸੀ ਅੱਗੇ ਖਾਨ ਫੱਤਾ ਅੱਗੇ ਤੁਸੀਂ ਨਹੀਂ ਉਹ ਤੁਹਾਡਾ ਵਿਆਹ ਉੱਥੇ ਹੀ ਹੋਇਆ ਸੀ ਇੱਧਰ ਆ ਗਿਆ ਉਧਰੋਂ ਜਾੜੇ ਪਏ ਸਨ ਅਤੇ ਸਾਡੀ ਦਾਦੀ ਦੀਆਂ 5-6 ਧੀਆਂ ਸਨ ਉਹ
ਕੋਈ ਮਰ ਗਈ, ਕੋਈ ਇੱਦਾਂ ਹੀ ਫੋਤ ਫੋਤ ਹੋ ਗਿਆ। ਉਹ ਅਜੇ ਨਾ ਮੈਂ ਥੋੜ੍ਹੇ ਕੇਰੀ ਤਾਂ ਦੀ ਮੈਂ ਲਾਗੇ ਖਾਣ ਪਤਾ ਸੀ, ਮੈਂ ਆਪਣਾ ਨਾ ਲਾਗੇ ਨਾ ਮੈਂ ਸ਼ਾਦੀ ਕਰਨੀ ਆ। ਅਜੇ ਕਰਦੇ ਕਰਦੇ ਹੀ ਸਨ, ਮੈਂ ਗਾਈਆਂ ਬੜਾ ਕੁਛ ਦਿੱਤਾ ਅਤੇ ਉੱਧਰੋਂ ਉਹਦੇ ਵਿਆਹ ਅਜੇ ਹੋਇਆ ਨਹੀਂ, ਅਜੇ ਹੋਇਆ ਹੀ ਆ ਅਤੇ ਉੱਧਰੋਂ ਉਜਾੜੇ ਪੈ ਗਏ। ਅੱਛਾ, ਵੀ ਤੁਹਾਡਾ ਵਿਆਹ ਹੋ ਗਿਆ ਸੀ ਉਦੋਂ? ਆਹੋ, ਉਹ ਵਿਆਹ ਹੋ ਕਿੱਥੇ ਤਾਂ ਹੋਇਆ ਸੀ, ਕਿਹੜੇ ਪਿੰਡ? ਉੱਥੇ ਚੰਦਕੇ ਅਤੇ ਖਾਨ ਫਤਿਹ ਗਏ, ਹਾਂ ਇੱਕ ਰਾਤ ਗਏ ਅਤੇ ਮੁੜ ਕੇ ਉਜਾੜੇ ਹੀ ਪੈ ਗਏ ਉੱਧਰ। ਅੱਛਾ, ਖਾਨ ਫਤਿਹ ਤੁਸੀਂ ਵਿਆਹ ਕੇ ਗਏ? ਹਾਂ ਠੀਕ। ਅਤੇ ਖਾਨ ਫਤਿਹ ਜਿੱਧਰ ਵਿਆਹ ਗਏ ਸੋ ਉੱਧਰ ਤੁਹਾਡੇ ਜਿਹੜੇ ਸ਼ੌਹਰ ਉਹਨਾਂ ਦਾ ਕੀ ਨਾਂ? ਉਹਨਾਂ ਦਾ ਮੇਰੇ ਜੇਠ ਇੱਕ ਦਾ ਨਾਂ ਸੀ ਕੈਮ, ਉੱਥੋਂ ਛੋਟੇ ਨਾਲ ਮੰਦ, ਉਦੋਂ ਛੋਟੇ ਨਾਲ ਮੁਬਾਰਕ ਦਾ ਜਿਹੜਾ ਕਮਰ ਦਾ ਬਾਬਾ ਉਹਦੇ ਨਾਲ ਮੁਬਾਰਕ, ਅਤੇ ਮੇਰੇ ਘਰ ਵਾਲੇ ਨਾਲ ਹੈਗਾ ਸੀ ਬਸ਼ੀਰ, ਉਦੋਂ ਛੋਟਾ ਹੈਗਾ ਸੀ ਲਤੀਫ। ਅੱਛਾ, ਇੱਕੋ ਜਿੱਦਣ ਵਿਆਹ ਹੋਇਆ ਉੱਦਣ ਹੀ ਗਏ ਅਤੇ ਅਗਲੇ ਦਿਨ ਉਜਾੜੇ ਪੈ ਗਏ? ਉਜਾੜੇ ਪੈ ਗਏ। ਫਿਰ ਉਹ ਉਹਨਾਂ ਦੇ ਨਾਲ ਆਏ ਆਪਣੇ ਸਹੁਰਿਆਂ ਦੇ ਨਾਲ? ਹਾਂ, ਇਹ ਤਾਂ ਫਿਰ ਸਾਡਾ ਫੈਮਿਲੀ ਹੋਈ ਨਾ ਇਕੱਠੀ ਤਿੰਨਾਂ ਪਿੰਡਾਂ 'ਚ, ਅਤੇ ਇਹ ਆ ਜਿਹੜਾ ਮੇਰਾ ਪੋਤਾ ਇਹਦੇ ਬਾਬੇ ਕੋਲ ਸੀ ਘੋੜੀ, ਅਤੇ ਘੋੜੀ ਦੀਆਂ ਧੂੰਮਾਂ ਬੜੀਆਂ ਹਨ, ਘੋੜੀ ਸੀ ਸਿੰਧ ਲਿਆਉਂਦੀ, ਉਹ ਸਿੱਖ ਫਿਰਦੇ ਹਨ। ਅਸੀਂ ਤਾਂ ਆਖਿਆ ਵੀ ਅਸੀਂ ਨਾ ਕੋਈ ਚੁੰਬਿਆਂ 'ਚ ਸਮਾਨ ਸੁੱਟਿਆ, ਕੋਈ ਛੱਪੜਾਂ 'ਚ, ਕੋਈ ਅੰਦਰਾਂ 'ਚ ਚੁੰਬਾਂ ਨੱਪੀਆਂ ਵੀ ਚੱਲ ਅਸੀਂ ਇੱਥੇ ਹੀ ਰਹਿਣਾ। ਉਹ ਫਿਰ ਜਦੋਂ ਪਹਿਲਾਂ ਤਾਂ ਪਾਕਿਸਤਾਨ ਸਾਡਾ ਹੋ ਗਿਆ, ਫਿਰ ਹਿੰਦੁਸਤਾਨ ਬੋਲ ਗਿਆ, ਈਦ ਪੜ੍ਹੀ ਆ, ਫਿਰ ਉੱਥੋਂ ਤੁਰ ਪਏ ਹਾਂ ਅਸੀਂ। ਫਿਰ ਲਾਗੇ ਅਲੀਵਾਲ ਸੀ, ਅਸੀਂ ਫਿਰ ਤਿੰਨ ਚਾਰ ਘਰ ਹੋ, ਇਹ ਫਿਰ ਇਹ ਫੈਮਿਲੀ ਚੰਗੀ ਭਰੀ, ਅਸੀਂ ਤਾਂ ਫਿਰ ਆਇਆ ਕਾਫਲਿਆਂ ਨਾਲ ਬਟਾਲੀਅਨ ਤੁਰ ਤੁਰ ਕੇ। ਅੱਛਾ, ਨਹੀਂ ਇੱਕ ਵਿਆਹ ਜਦੋਂ ਹੋਇਆ ਵਾ, ਹਾਂਜੀ, ਉਸ ਤੋਂ ਬਾਅਦ ਤੁਸੀਂ ਆਪਣੇ ਪੇਕਿਆਂ ਦੇ ਨਾਲ ਹੀ ਇੱਥੇ ਆ ਗਏ, ਅਤੇ ਕਿੰਨੀ ਦੇਰ ਬਾਅਦ ਫਿਰ ਆਪਣੇ ਸਹੁਰੇ ਗਏ? ਫਿਰ ਇੱਧਰ ਉਹ ਫਿਰ ਨਾ ਮੁੜ ਕੇ ਅਸੀਂ ਆ ਗਏ ਨਾ ਇੱਥੇ, ਇਹ ਫਿਰ ਅਸੀਂ ਅਜੇ ਆਏ ਨਹੀਂ ਗਏ, ਅਤੇ ਇਹਨਾਂ ਦਾ ਬਾਬਾ ਫਿਰ ਉੱਥੇ ਜਾਂਦਾ ਹੁੰਦਾ ਸੀ, ਸਾਨੂੰ ਅੱਗੋਂ ਨੇ ਵੀ ਕਾਫਲਾ ਹੋਣ ਆਉਂਦਾ, ਕਿਦੋਂ ਕਿਹੜੇ ਕਾਫਲੇ, ਫਿਰ ਉਸ ਕਾਫਲੇ 'ਚ ਆਏ, ਫਿਰ ਉਸ ਕਾਫਲੇ 'ਚ ਆਣ ਕੇ ਨਾ, ਅਤੇ ਇੱਕ ਅਹਿਮਦੀ ਹੁੰਦਾ ਸੀ ਦਾਦੇ ਜਾਦਕੇ ਦਾ, ਉਹ ਫਿਰ ਨਾਰੋਵਾਲ ਅਸੀਂ ਰਹੇ, ਉਹਨੇ ਫਿਰ ਸਾਨੂੰ ਦਾਦੇ ਜਾਦਕੇ ਲਿਆਂਦਾ, ਫਿਰ ਦਾਦੇ ਜਾਦਕਿਓ ਨਾ ਸਾਨੂੰ ਇੱਥੇ ਜ਼ਮੀਨ ਜ਼ਮੂਨ ਮੰਗਾ ਲੱਗ ਗਏ ਸੀ, ਉੱਥੇ ਆਣ ਕੇ ਪਈ। ਅੱਛਾ, ਇਹ ਦੱਸੋ ਪਹਿਲਾਂ ਆਪਾਂ ਉੱਥੋਂ ਪਹਿਲਾਂ ਤੁਹਾਡੇ ਪਿੰਡ ਚੰਦਕੇ ਤੋਂ ਕਰਦੇ ਹਾਂ ਸ਼ੁਰੂ, ਬਾਕੀ ਗੱਲਾਂ ਫਿਰ ਪੁੱਛਦੇ ਹਾਂ। ਅੱਛਾ, ਚੰਦਕੇ ਦੇ ਵਿੱਚ ਆਪਣੇ ਤੁਹਾਡੇ ਜਿਹੜੇ ਘਰ ਕਿੰਨੇ ਸਨ ਉਦੋਂ? ਘਰ ਮਾਸ਼ਾਅੱਲਾ ਮੇਰੇ ਚਾਰ ਅਤੇ ਚਾਚੇ ਸਨ, ਮੁੜ ਕੇ ਮੇਰੇ ਲਾਗੇ ਤੁਹਾਡੇ ਪਿਓ ਦੇ ਚਾਚੇ ਤਾਏ ਸਨ, ਉਹਨਾਂ ਦੇ ਨਾਨਕੇ ਹੁਣ ਮਾਮੇ ਸਨ ਪਿੰਡ 'ਚ। ਅੱਛਾ, ਜਿਹੜੇ ਵੱਡੇ ਸਨ ਤੁਹਾਡੇ ਬਜ਼ੁਰਗ, ਤੁਹਾਡੇ ਚਾਚੇ ਤਾਏ, ਉਹਨਾਂ ਦੇ ਕਦੋਂ ਚਾਹੁੰਦੇ ਨਾਂ ਯਾਦ ਨੇ ਤੁਹਾਨੂੰ? ਹਾਂਜੀ, ਕੀ ਨਾਂ? ਮੇਰਾ ਇੱਕ ਸਾਡਾ ਬਾਬੇ ਦਾ ਚਾਚਾ ਜੀ, ਉਹਦਾ ਨਾਂ ਮੀਰਾ ਬਸ਼ਕ ਸੀ, ਉਹਦੇ ਪੁੱਤ ਨਾਲ ਇੱਕ ਨਾ ਸਰਦਾਰ, ਇੱਕ ਨਾ ਮੁਰਾਦ, ਇੱਕ ਨਾ ਜਮਾਲ, ਅਤੇ ਲਾਗੇ ਇੱਕ ਚਾਚਾ, ਇੱਕ ਨਾ ਖਰੈਤੀ ਸੀ, ਇੱਕ ਨਾ ਦਾਤੀ ਸੀ, ਅਤੇ ਇੱਕ ਸਾਡੇ ਪਿਓ ਦਾ ਤਾਇਆ ਸੀ, ਉਹਨਾਂ ਨੱਬੋ ਸੀ, ਸਾਡੇ ਬਾਬੇ ਨਾਲ ਕੈਮਲ ਹੀ ਸੀ, ਅਤੇ ਪਿਓ ਨਾਲ ਗੁਲਾਮ ਸਰਵਰ ਸੀ, ਚਾਚੇ ਨਾਲ ਹਾਕਮ ਅਲੀ, ਇੱਕ ਨਾ ਬਰਕਤ ਅਲੀ, ਇੱਕ ਜਲਾਲ। ਨਾਂ ਤਾਂ ਮਾਸ਼ਾਅੱਲਾ ਸਾਰੇ ਯਾਦ ਨੇ ਤੁਹਾਨੂੰ? ਨਾਂ ਮੈਂ ਵੀ ਚੰਗੇ ਭਲੇ ਸਨ। ਅਤੇ ਇਹ ਆਪਣਾ ਪਿੰਡ ਜਿਹੜਾ ਆਪਣਾ ਚੰਦਕੇ ਸੀ ਉੱਥੇ, ਹਾਂਜੀ, ਗੁਰਦਾਸਪੁਰ, ਉਹ ਸਾਰਾ ਹੀ ਮੁਸਲਮਾਨਾਂ ਦਾ ਸੀ ਉਦੋਂ? ਸਾਡੇ ਨਾਂ ਸਾਡਾ ਇਹਦੇ ਵਿੱਚ ਹਿੰਦੂ ਕੋਈ ਨਹੀਂ ਸੀ, ਸਿੱਖ ਨਹੀਂ ਸੀ, ਨਾ ਸਾਡੇ ਪਿੰਡ, ਨਾ ਵੱਡੇ ਖਾਨ ਫਤਿਹ, ਨਾ ਨਿੱਕੇ, ਲਾਗੇ ਸੀ ਚੋਰਾਂ ਵਾਲੀ, ਚੋਰਾਂ ਵਾਲੀ, ਆਹੋ ਲਾਗੇ ਸਾਡੇ, ਉਹ ਸਿੱਖਾਂ ਦਾ ਸੀ। ਹੁਣ ਤਾਂ ਬੈਠਕਾਂ ਨੇ ਨਾ, ਉਦੋਂ ਕੱਚੇ ਹੁੰਦੇ ਹਨ ਦੀਵਾਨਖਾਨੇ, ਜਿੱਥੇ ਚਦਰਾ ਕਰਦੇ ਹਨ ਚੌਧਰੀ ਬਹਿੰਦੇ, ਸਾਡਾ ਬਾਬਾ ਵੀ ਚੌਧਰੀ ਸੀ, ਉਹਦੇ ਲਾਗੇ ਸਿੱਖ ਆਣ ਕੇ ਬਹਿੰਦੇ ਹਨ, ਮਸ਼ਵਰੇ ਕਰਦੇ ਸਨ, ਹੁਣ ਜਾਣ ਸੀ। ਦਾਦੇ ਤੁਹਾਡੇ ਬਾਬੇ ਦਾ ਕੋਈ ਯਾਰ ਦੋਸਤ ਸਨ, ਕੋਈ ਜਾਣ ਨਾਲ ਮਿਲਣ ਵਾਲੇ ਸੀ? ਆਹੋ, ਫਿਰ ਆਉਣਾ ਜਾਣਾ ਉਹਨਾਂ ਸਿੱਖਾਂ ਨੇ ਉਹਨਾਂ ਦੇ ਕੋਲ ਆਉਂਦੇ ਜਾਂਦੇ ਸਨ। ਕੋਈ ਜ਼ਿਹਨ 'ਚ ਆਇਆ ਕੋਈ ਬਾਬੇ ਨੇ ਨਾਂ ਲਿਆ ਵੀ ਫਲਾਣਾ ਸਿੱਖ ਆਉਂਦਾ ਉੱਧਰੋਂ? ਸਿੱਖ ਇੱਕ ਸੋਹਣੀ ਸੀ, ਉਹ ਸਾਡੇ ਘਰ ਵਿੱਚ ਤਾਂ ਹੋਰ ਅਸੀਂ ਹੋਰ ਨਾ ਸਿੱਖਾਂ ਦਾ ਨਹੀਂ। ਸੋਹਣੀ ਕਿੱਥੋਂ ਦਾ ਸੀ? ਉਹ ਵੀ ਚੋਰਾਂ ਉੱਥੋਂ ਦਾ ਹੀ ਸੀ, ਚੋਰਾਂ ਵਾਲੀ ਦਾ। ਹਾਂ, ਉੱਥੋਂ ਦਾ ਹੀ ਸੀ। ਠੀਕ, ਇੱਕ ਸੋਹਣੀ ਸੀ, ਇੱਕ ਪਿੰਡ ਦਾ ਨਾਂ ਭੁੱਲ ਗਿਆ ਜੀ, ਉਹ ਲਾਗੇ ਕਰਦੀਆਂ ਅਤੇ ਲਾਗੇ ਇੱਕ ਹੋਰ ਪਿੰਡ ਸੀ, ਵੀਰ ਸਿੰਘ ਸੀ ਉਹਦੇ ਨਾਂ। ਵੀਰ ਸਿੰਘ ਲਾਗੇ ਕਿਸੇ ਪਿੰਡ ਦਾ ਸੀ? ਲਾਗੇ ਦੇ ਪਿੰਡ ਦਾ ਹੀ ਵੀਰ ਸਿੰਘ। ਠੀਕ ਹੈ। ਉਹਨੇ ਸਾਡੇ ਨਾਲ ਨਾ ਜਦੋਂ ਅਸੀਂ
ਉੱਥੋਂ ਉੱਜੜ ਕੇ ਤਾਂ ਐਂ ਆਇਆ ਨਾ ਉਹਨਾਂ ਦੇ ਪਿੰਡ ਲਾਗੋਂ, ਉਹਨਾਂ ਬੜੀ ਮਦਦ ਕੀਤੀ, ਉਹਨੂੰ ਆਖਣ ਤੈਨੂੰ ਉਹਨਾਂ ਆਖਿਆ ਇਹਨਾਂ ਨੇ ਮੈਂ ਮਾਰ ਦੇਣਾ, ਜਿਹੜੇ ਸਹਾਈ ਸਨ ਨਾ ਉੱਥੋਂ ਦੇ, ਉਹਨਾਂ ਨੇ ਆਖਿਆ ਵੀ ਬਿਲਕੁਲ ਨਹੀਂ ਇਹਨਾਂ ਦਾ ਅਸਾਂ ਨਿੰਮਕ ਖਾਧਾ ਹਾ, ਇਹਨਾਂ ਨੂੰ ਕੁਛ ਨਹੀਂ ਆਖਣਾ, ਉਹ ਆਖਣਾ ਕਿ ਭਾਈ ਆਟਾ ਲੈ ਜਾਓ, ਫਿਰ ਅਸਾਂ ਆਖਾਂ ਕੀ ਕਰਨਾ, ਅਸੀਂ ਕੁਛ ਨਹੀਂ ਲਿਆਂਦਾ। ਅੱਛਾ, ਉੱਥੇ ਆਪਣੇ ਜਿਹੜਾ ਪਿੰਡ ਚੰਦਕੇ ਆ, ਫਿਰ ਉਦੋਂ ਨਹੀਂ ਸਨ ਸਾਡੇ ਸਕੂਲਾਂ ਚ ਕੁੜੀਆਂ ਕਲਾਉਂਦੇ, ਆ ਇੱਥੇ ਹੁਣ ਜੇ ਕਲਾਉਂਦੇ, ਕਈ ਬੁਰੀਆਂ ਸ਼ਹਿਰਾਂ ਚ ਨਹੀਂ ਸੀ, ਕਈ ਅਜੇ ਸ਼ਹਿਰਾਂ ਚ ਵੀ ਬੁਰੀਆਂ ਸਮਝਦੇ ਨੇ ਜਵਾਨਾਂ ਕੁੜੀਆਂ ਕਲਾਉਣ, ਬੜੇ ਮਸਲੇ ਭਾਰੇ ਹੋ ਜਾਂਦੇ ਨੇ। ਅੱਛਾ, ਤੇ ਇਹ ਦੱਸੋ ਵੀ ਆਪਣੇ ਚੰਦਕੇ ਦੇ ਲਾਗੇ ਲਾਗੇ ਪਿੰਡਾਂ ਦੂ ਚੋਂ ਦੇ ਨਾਂ ਹੀ ਆ ਹੈ, ਕਿਹੜੇ ਕਿਹੜੇ ਪਿੰਡ ਸੀ? ਲਾਗੇ ਧਰਮਕੋਟ ਸੀ, ਲਾਗੇ ਤਲਬ ਹੈਗੇ ਸੀ, ਭਾਗੋ ਵਾਲਾ ਸੀ, ਉਹ ਵੀ ਜੱਟਾਂ ਦਾ ਸੀ, ਠੀਕ ਹੈ, ਫਿਰ ਲਾਗੇ ਕਾਸਤੀਵਾਲ ਸੀ, ਲਾਗੇ ਮਰਦਾਨਾ ਸੀ, ਲਾਗੇ ਚੋਰਾ ਵਾਲੀ ਸੀ, ਲਾਗੇ ਦਾਬਾ ਵਾਲਾ ਸੀ, ਇਹ ਸੀ। ਸਿੱਖ ਆਣ ਕੇ ਮੈਂ ਆਖਿਆ ਵੀ ਆਉਂਦੇ ਜਾਂਦੇ ਨਹੀਂ ਸੀ, ਰੌਲਾ ਕੋਈ ਰੌਲਾ ਨਹੀਂ ਸੀ ਸਿੱਖਾਂ ਦਾ ਨਾ। ਤੇ ਇਹਦੇ ਜਿਵੇਂ ਤੁਸੀਂ ਦੱਸਿਆ ਵੀ ਕੋਈ ਨਹੀਂ ਸੀ ਮਸਲਾ ਮਸਾਇਲ ਇਸ ਤਰ੍ਹਾਂ ਦਾ ਕੋਈ ਨਹੀਂ ਉਹਨਾਂ ਨਾਲ, ਇਹ ਸ਼ਾਦੀ ਵਿਆਹ ਦੀਆਂ ਖੁਸ਼ੀ ਗਮੀ ਤੇ ਕੌਣ ਜਾਣਾ ਹੈਗਾ ਸੀ, ਜਿਵੇਂ ਤੁਹਾਡੇ ਬਾਬੇ ਦਾ? ਬਾਬੇ ਦਾ ਨਾ, ਵਿਆਹਾਂ ਸ਼ਾਦੀਆਂ ਚ ਨਹੀਂ ਸੀ ਆਉਣ ਜਾਣ, ਉਹ ਗੋਸ਼ਤ ਮੋਟਾ ਨਹੀਂ ਸੀ ਖਾਂਦੇ, ਸਾਡੇ ਉਦੋਂ ਗੋਸ਼ਤ ਗਾਸ਼ਤ ਪਕਾਉਂਦੇ ਆ, ਉਹ ਨਹੀਂ, ਉਹ ਵਿਆਹਾਂ ਸ਼ਾਦੀਆਂ ਚ ਨਹੀਂ ਸਾਡਾ ਆਉਣ ਜਾਣ, ਉਹ ਨਹੀਂ ਸੀ ਖਾਂਦੇ ਨਾ, ਉਹ ਨਹੀਂ ਸੀ ਆਉਣ ਜਾਣ, ਨਾ ਕਦੀ ਗਏ ਨਾ ਆਏ, ਉਹ ਨਹੀਂ ਸੀ ਨਾ, ਉਦਾਂ ਵੀ ਬੰਦਿਆਂ ਦੇ ਨਾਲ ਤਰਾ ਆਉਣਾ, ਕੋਈ ਗੱਲਬਾਤ ਹੋਣੀ ਤਾਂ ਆਣ ਕੇ ਮਸ਼ਵਰਾ ਕਰਨਾ ਇੱਕ ਦੂਸਰੇ ਨੇ, ਹੋਰ ਉੱਦਾਂ ਨਹੀਂ ਸੀ ਸਾਡੀ ਕੋਈ ਵੀ, ਠੀਕ ਹੈ। ਅੱਛਾ, ਇਹ ਦੱਸੋ ਵੀ ਆਪਣੇ ਘਰ ਦਾ ਹੈ ਜ਼ੇਨ ਚ ਵੀ ਕਿੱਥੇ ਕਰ ਗਏ ਸੀ ਘਰ ਪਿੰਡ ਚ ਆਪਣਾ? ਸਾਡਾ ਪਿੰਡ ਸੀ ਇੱਧਰ ਗਾਂ ਕਿਲਾ, ਅਤੇ ਐਸ ਬੰਨੇ ਚੋਰੀ ਚੋਰਾ ਵਾਲੀ ਦੇ ਪੁਲ ਦੇ ਨਾਲ ਤੁਰੀਏ ਨਾ ਸਿੱਧਾ ਹੀ, ਇੱਕ ਇੱਥੇ ਇੱਦਾਂ ਨਾਲ ਸੂਆ, ਅਤੇ ਗਾਂ ਐਂ ਕਰਕੇ ਨਾ ਸ਼ਰਕ ਕੱਚੀ ਸੀ, ਐਸ ਬੰਨੇ ਵੱਡੀ ਨਹਿਰ ਬੜੀ ਤਗੜੀ। ਅੱਛਾ, ਅਤੇ ਉਹ ਜਿਹੜਾ ਨਿੱਕਾ ਸੂਆ ਉਹਦੇ ਨਾਲ ਹੀ ਸਾਡਾ ਐਂ ਕਰਕੇ ਘਰ ਪਿੰਡ। ਅੱਛਾ ਅੱਛਾ, ਫਿਰ ਆਪਣਾ ਹਰ ਚੀਜ਼ ਹੁੰਦੀ ਸੀ, ਮਾਂ ਮੋਠ ਜਵਾਰਾਂ ਪੇਠੇ ਕਮਾਦ ਹਰ ਚੀਜ਼ ਹੀ ਹੁੰਦੀ ਸਾਡੇ ਪਿੰਡ, ਨਹਿਰੀ ਸੀ ਪਾਣੀ, ਹਾਂ ਨਹਿਰੀ ਸੀ, ਉਦੋਂ ਪਾਰਲੇ ਬੰਨੇ ਦੋ ਤਿੰਨ ਮੀਲ ਉੱਥੋਂ ਪੁਲ ਤੋਂ ਉੱਤਰ ਕੇ ਮੈਰੇ ਹੁੰਦੇ ਸਨ, ਅੱਜ ਕੱਲ੍ਹ ਦੋ ਦੋ ਮਹੀਨੇ ਉੱਥੇ ਸਾਡਾ ਪਿਓ ਰਹਿੰਦਾ ਹੁੰਦਾ ਸਨ, ਵਾਢੀ ਕਰਦੇ ਹੁੰਦੇ ਸਨ, ਮਾਛੀ ਫਿਰ ਸਾਡੀਆਂ ਰੋਟੀਆਂ ਖਾਂਦੇ ਹੁੰਦੇ ਸਨ। ਠੀਕ ਹੈ, ਅਤੇ ਇਹ ਇਹ ਦੱਸੋ ਆਪਣੀ ਪੈਲੀ ਪੂਲੀ ਉੱਧਰ ਕਿੰਨੀ ਸੀ ਉਹ ਪਿੰਡ ਦੇ ਵਿੱਚ, ਤੂੰ ਹੈ ਪਤਾ? ਪੈਲੀ ਵੀ ਤੈਨੂੰ ਮੈਂ ਦੱਸਾਂ ਪੁੱਤ, ਹੁਣ ਤਾਂ ਉਦੋਂ ਬੇਲੀਆਂ 'ਚ ਡੰਗਰ ਹੁੰਦੇ ਸਨ, ਮਹੀਆਂ ਸੁਣਦੀਆਂ, ਸਾਨੂੰ ਪਤਾ ਨਹੀਂ ਸੀ ਵੀ ਕਿਹੜੀ ਮਹੀਂ ਗਾਈਆਂ, 18-18, 19-19 ਕਿੱਲੇ ਪੈਲੀਆਂ ਦੇ ਇੰਨੇ ਨੇ ਹੈ ਸਨ, ਜ਼ਮੀਨ ਪੈਲੀ ਇੰਨੀ ਕੁ ਹੈਗੀ ਸੀ, ਆਹੋ ਹੈ ਸੀ ਇੰਨੀ ਕੁ। ਠੀਕ ਹੈ, ਅਤੇ ਇਹ ਇਹ ਦੱਸ ਦਿਓ ਵੀ ਆਪਣਾ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਉਦੋਂ? ਇੱਕ ਮਸਜਿਦ ਸੀ, ਇੱਕੋ ਹੀ ਚੰਦਕੇ ਦੇ ਵਿੱਚ, ਇੱਕੋ ਹੀ ਪਿੰਡ ਸਾਰਾ ਕੱਚਾ ਸੀ, ਤੇ ਜਿੱਥੇ ਵਿਆਹੇ ਗਏ ਜੋ ਉੱਥੇ ਕਿੰਨੀਆਂ, ਉਹ ਉੱਥੋਂ ਦਾ ਨਹੀਂ ਮੈਨੂੰ ਪਤਾ, ਨਾ ਮੈਂ ਇੱਕੋ ਦਿਨ ਹੀ ਗਏ, ਹਾਂ ਮੈਂ ਨਹੀਂ ਵੇਖ, ਮੈਂ ਉਹਨਾਂ ਦਾ ਘਰ ਵੀ ਨਹੀਂ ਭਰਾ ਵੇਖਿਆ, ਝੂਠ ਨਹੀਂ ਬੋਲਣਾ, ਗੱਲ ਸੱਚੀ ਕਰਨੀ ਆ, ਕੋਈ ਝੂਠ ਬੋਲਣ ਦੀ ਮੇਰੇ ਕਿਹੜਾ ਮੋਢੇ ਤੇ ਤਲਵਾਰ ਆ, ਘਰ ਵੀ ਨਹੀਂ ਵੇਖਿਆ, ਨਾ ਨਾ ਵੇਖੇ, ਇਹਨੂੰ ਭਾਜੜ ਪੈ ਗਈ, ਭਾਜੜ ਮੈਂ ਨਹੀਂ ਵੀ ਇੰਨੀ ਜ਼ਿਆਦਾ ਦਿੱਤੀ, ਮਹੀ ਦਿੱਤੀ, ਘੋੜੀ ਦਿੱਤੀ ਬਾਬੇ ਨੇ, ਗਾਈ ਦਿੱਤੀ, ਉੱਥੇ ਵਿੱਚ ਲੈ ਗਏ ਸਿੱਖ ਫੜ ਕੇ ਗਿੱਲਿਆਂ ਤੇ ਖੋਲ ਕੇ, ਹਾਂ ਤੇ ਉੱਧਰੋਂ ਤਾਂ ਸ਼ਾਇਦ ਕੋਈ ਨਹੀਂ ਆਈ, ਨਾ ਕੋਈ ਚੀਜ਼ ਨਹੀਂ ਲਿਆਂਦੀ, ਇੱਦਾਂ ਹੀ ਐਸਾਂ ਦਿਆਂ ਪੁੱਤ ਮਿੱਟੀ ਦੇ ਪਿਆਲੇ 'ਚ ਪਾਣੀ ਪੀ ਲਾਂਗੇ, ਤਾਂ ਹੁਣ ਫਿਰ ਜਿੱਦਣ ਉੱਥੋਂ ਆਏ ਹਾਂ ਦੇੜੇ ਦੇ ਪੁੱਲ 'ਤੇ ਫਿਰ ਕਤਲਾਮ ਹੋਈ ਆ, ਇੱਦਾਂ ਇੱਥੇ ਤਰ੍ਹਾਂ ਹੀ, ਜਿਸ ਪੁੱਤ ਮੇਰਾ ਸੀ ਬਾਬਾ, ਉਸ ਉਹਦੇ ਕੋਲ ਸੀ ਘੋੜੀ, ਪੁੱਤ ਹੋਰ ਲਿਆ ਦੇ ਘੋੜੀ ਸੀ, ਤਾਂ ਉਹਨੂੰ ਇੱਕ ਜਾਣਾ ਆਉਂਦਾ ਵਾ ਕੁੜੀ ਜਾ ਵਿਆਹ, ਘੋੜੀ ਛੱਡ, ਉਹਨੇ ਘੋੜੀ ਛੱਡੀ, ਕਤਲਾਮ ਅੱਗੇ ਹੋਣ ਲਈ, ਉਹ 'ਚ ਨੱਠ ਗਿਆ, ਮੈਂ ਸੱਜੇ ਖੱਬੇ ਵੇਖਾਂ ਵੀ ਮੀਆਂ ਕਿੱਥੇ ਗਏ, ਜੇ ਮੈਂ ਉਹ ਘੋੜੀ ਨਾ ਫੜਾਂ, ਉਸ ਘੋੜੀ 'ਤੇ ਸਾਡੀਆਂ ਟੂੰਬਾਂ ਸੀ, ਦੋ ਤਿੰਨ ਕਿਲੋ ਸੋਨਾ ਚਾਂਦੀ, ਦੋ ਤਿੰਨ ਕਿਲੋ, ਹਾਂ ਮੇਰੀ ਮਾਸੀ ਦਾ, ਮੇਰਾ, ਮੇਰੀ ਮਾਂ ਦਾ, ਵਾਹ ਵਾਹ। ਅੱਛਾ, ਉਹ ਘੋੜੀ ਮੈਂ ਪੁੱਤ ਫੜ ਲਈ, ਉਦੋਂ
ਖੈਰਾਬਾਦ ਦੇ ਘੁਮਿਆਰ ਸਨ, ਉਹਨਾਂ ਦੇ ਛੱਟਾਂ ਨਾ ਚਾਂਦੀ ਦੇ ਪਈਏ ਹੁੰਦੇ ਹਨ, ਇੱਦਾਂ ਢੇਰੇ ਲੱਗੇ ਸੀ ਉਹ ਰੋਣ ਵੀ ਜੇ ਪਤਾ ਹੁੰਦਾ ਸੀ ਉੱਥੇ ਪਿੰਡੀ ਮਰ ਜਾਂਦੇ ਨਾ ਆਉਂਦੇ, ਗਾਂਹ ਨੰਗਿਆ ਨਹੀਂ ਸੀ ਜਾਂਦਾ। ਉਹ ਨਾ ਕਤਲਾਮ ਬੜੀ ਹੋਵੇ, ਇੱਦਾਂ ਹੀ ਹੋਵੇ ਇੱਥੇ ਤਰ ਘੋੜੀ ਮੈਂ ਫੜ ਲਈ ਸੱਜੇ ਖੱਬੇ ਵੇਖਾਂ ਮਿਲਦੀ ਸੀ ਕੁੱਖ ਨੂੰ ਲਾ ਕੇ ਪੁੱਤ ਛੱਪੜ ਇੱਧਰ ਹੋਵਾਂ ਕਤਲਾਮ ਵਰਛੀਆਂ ਹੁੰਦੀਆਂ ਇੱਦਾਂ ਹੀ ਇੱਦਾਂ ਹੀ ਵੱਜਦੀ ਇੱਦਾਂ ਹੀ ਇੱਧਰ ਪਿਛਾਂ ਮੈਂ ਫਿਰ ਛੱਪੜ ਦੇ ਵਿੱਚੋਂ ਦੀ ਪੈ ਗਈ। ਉਹ ਮੈਂ ਆਖਿਆ ਜੇ ਤਾਂ ਘੋੜੀ ਨੂੰ ਇੱਥੋਂ ਅਸੀਂ ਤਾਂ ਪਾਣੀ ਆਵੇ ਨਾ ਕੰਨਾਂ ਨਾ ਡੁੱਬਣ ਫਿਰ ਘੋੜੀ ਨੂੰ ਕੁਛ ਨਹੀਂ ਹੁੰਦਾ, ਅਤੇ ਸਾਡੇ ਲਾਗੇ ਨਹਿਰ ਸੀ ਅਸੀਂ ਰਾਤ ਨੂੰ ਜਾ ਕੇ ਮੈਂ ਫਿਰ ਛੱਪੜ ਦੇ ਵਿੱਚੋਂ ਦੀ ਨਾ ਮੈਂ ਜੇ ਡੂੰਘਾ ਪਾਣੀ ਹੋਊ ਮੈਂ ਤਰਨ ਮੈਂ ਨੱਥ ਨਹੀਂ ਛੱਡੀ ਹੋਣੀ ਮੈਂ ਅਗਲੇ ਬੰਨੇ ਲੈ ਗਈ ਹਾਂ। ਜਿਸ ਵੇਲੇ ਮੈਂ ਲੈ ਗਈ ਹਾਂ ਅੱਗੋਂ ਇੱਕ ਮੇਰਾ ਚਾਚਾ ਸੀ ਉਹ ਇੱਦਾਂ ਨਾ ਭੁੰਜੀਏ ਪਿਆ ਕੱਟੇ ਦੇ ਵਿੱਚ ਲੇਟਿਆ ਕੋਈ ਹਾਲ ਨਾ ਜੇ ਉੱਠਿਆ ਕੀ ਹਾਲ ਸੀ ਉਹਨੂੰ ਲੇਟਿਆ ਉਹ ਵੀ ਜਦੋਂ ਦੁਨੀਆ ਪਛਾਣ ਨੂੰ ਡੇਗਦੀ ਢੈਂਦੀ ਉਹ ਕੋਈ ਡੇਗ ਪਿਆ ਕੋਈ ਕੁਛ ਹੋ ਗਿਆ ਗਛ ਖਾ ਕੇ ਅਤੇ ਸਾਡਾ ਮਾਂ ਪਿਓ ਮੇਰਾ ਦਾਦੀ ਚਾਚਾ ਉਹ ਪਰਾਂ ਕਿਤੇ ਉੱਥੇ ਵਿਚਾਰੇ ਜਾਂ ਛੱਪੜੀਆਂ ਦਾ ਪਾਣੀ ਉਹਨਾਂ ਦੇ ਮੂੰਹ 'ਚ ਪਾਉਣ ਮੈਂ ਜੇ ਖਲੋ ਕੇ ਦੇ ਵੇਖਦੀ ਮੈਂ ਭਾਈਆਂ ਦਾ ਹਾਂ ਇਹਨਾਂ ਦਾ ਨਿਆਮ ਅਤੇ ਮੈਂ ਕਿਹਾ ਹਾਂ ਭਾਈ ਆਉਂਦਾ ਭਾਅ ਹੋਣੀ ਕਿੱਥੇ ਮੈਂ ਕਿਹਾ ਮੈਂ ਤਾਂ ਇੱਦਾਂ ਹੀ ਹਾਂ ਮੈਨੂੰ ਨਹੀਂ ਪਤਾ ਅਸੀਂ ਫਿਰ ਚਾਚਾ ਭਤੀਜਾ ਤੁਰ ਪਿਆ ਅਤੇ ਮੇਰਾ ਚਾਚਾ ਗੁਆਂਢ ਮੇਰੇ ਪਿਓ ਨੂੰ ਉਹ ਗੁਲਾਮ ਸਰਵਰਾ ਹੈ ਕਿ ਆ ਨਿਆਮ ਅਤੇ ਪਤਾ ਨਹੀਂ ਵੀ ਕੀ ਪਤਾ ਸਿੱਖ ਲੈ ਗਏ ਜਾਂ ਮਾਰੀ ਗਈ ਜਾਂ ਕਿ ਆਉਂਦਾ ਜੇ ਉਹ ਨਾ ਹੋਈ ਹਾਂ ਪਾਕਿਸਤਾਨ ਜਾ। ਅੱਛਾ ਜਿਸ ਵੇਲੇ ਗਏ ਆ ਨਾ ਅਤੇ ਉਸ ਵੇਲੇ ਫਿਰ ਉਹਨਾਂ ਨੇ ਵੇਖਿਆ ਅਤੇ ਜੱਫੀਆਂ ਪਾਉਣ ਡਹਿ ਪਏ ਮੂੰਹ ਫਿਰ ਉਸੇ ਵੇ ਫਿਰ ਕਾਫਲਾ ਤਿਆਰ ਫਿਰ ਐਵੇਂ ਫੜ ਫੜ ਕੇ ਨਾ ਉੱਠ ਕੇ ਨਾ ਫਿਰ ਤੁਰ ਪਿਆ ਫਿਰ ਘੋੜੀ ਲੈ ਲਈ ਨਾਲ ਹਾਂ ਘੋੜੀ ਘੋੜੀ ਮੈਂ ਲੈਂਦੀ ਸੀ ਨਾਲ ਘੋੜੀ ਫਿਰ ਮੈਂ ਬਾਬੇ ਨੂੰ ਦੇ ਦਿੱਤੀ। ਅੱਛਾ ਉਹ ਮੈਂ ਫਿਰ ਕੀਤਾ ਪੁੱਤ ਜਿਸ ਵੇ ਆਏ ਆ ਨਾ ਤੁਰ ਪਏ ਅੱਗੋਂ ਧੜਾਂ ਦੀਆਂ ਧੜਾਂ ਐਡਾਂ ਦੇ ਮੁੰਡੇ ਕਿਹਦੀ ਬਾਤੀ ਲੱਦੀ ਕਿਹਦੀ ਸੱਜੇ ਖੱਬੇ ਕੋਈ ਜੀ ਉਹਨਾਂ ਦੇ ਉੱਤੋਂ ਦੀ ਧੜਾਂ ਦੀਆਂ ਧੜਾਂ ਪਈਆਂ ਮਰਿਆਂ ਐਂ ਕਰਕੇ ਸਾਡੇ ਨੂੰ ਇੱਕ ਛੋਟੀ ਨਹੀਂ ਸੀ ਮਿੰਟ ਦੀ ਬਾਅਦ ਫੜ ਦਿੰਦੇ ਨਾ ਪਛਾੜੀ ਸਾਨੂੰ ਵੇਖਣ ਦਿੰਦੇ ਆ। ਉਸ ਵੇਲੇ ਜਿਸ ਵੇਲੇ ਧੜਾਂ ਦੀਆਂ ਧੜਾਂ 'ਤੇ ਵੇਖੀਆ ਕੋਈ ਜੀਦੀ ਕੋਈ ਮਰੀ ਸੀ ਸੱਜੇ ਖੱਬੇ ਕਿਸੇ ਮੁੰਡੇ ਦੀ ਬਾਂਹ ਲੱਤੀ ਕਿਹਦੀ ਆਉਂਦਿਆਂ ਸਾਰੀ ਜ਼ਿੰਦਗੀ 'ਚ ਕਿਸੇ ਨਾ ਕਰਾਂਗੇ ਨਾ ਪਰ ਦੁਨੀਆ ਨਾ ਭੋਲਾ ਜਾਂਦੀ ਜੇ ਦਵਾਈ ਖੁਦਾ ਦੀ ਜਿਹੜਾ ਅੱਠੀ ਪੈਰ ਹੀ ਖਾਂਦਾ ਜਾਂ ਦੋ ਟਾਈਮ ਖਾਂਦਾ ਵੀ ਖੁਦਾ ਨੂੰ ਪਿਲਾ ਦਿੰਦਾ। ਉਹ ਭਰਾਵਾ ਜਿਸ ਵੇਲੇ ਆਏ ਨਾ ਗਾਹ ਨਾ ਫਿਰ ਵੱਖਰੇ ਵੱਖਰੇ ਹੋ ਗਏ ਵੱਖਰੇ ਵੱਖਰੇ ਹੋ ਗਏ ਜਿਸ ਵੇਲੇ ਫਿਰ ਆਇਆ ਨਾ ਐਂ ਕਰਨਾ ਮਿੰਟ ਨਹੀਂ ਪੈਂਦਾ ਸਿੱਧੇ ਸਿੱਧਿਆਂ ਜਾਣਾ ਪਿੱਛੇ ਨਹੀਂ ਵੇਖ ਜਿਉਂ ਫਿਰ ਨੱਠੇ ਜਿਉਂ ਨੱਠੇ ਜਾ ਕੇ ਪੁੱਤ ਦਰਿਆ ਦੇ ਕੰਢੇ 'ਤੇ ਜਾ ਖਲੋਤੇ ਉੱਥੋਂ ਦੋ ਬੁੜੀਆਂ ਲਾਗੇ ਸੀ ਬੁੱਲੋਵਾਲ ਦੀਆਂ ਵਾਕ ਵਾ ਮੈਂ ਨਹੀਂ ਮਾਸੀ ਸਾਡਾ ਕਹਿੰਦੀ ਆ ਵੀ ਤੁਹਾਡਾ ਇੱਕ ਬਾਬਾ ਲੰਘਿਆ ਉਹਨੂੰ ਬਰਛੀਆਂ ਵੱਜੀਆਂ ਨੇ ਅਤੇ ਉਹਨੇ ਐਂ ਕਰਕੇ ਢਿੱਡ ਬੰਨ੍ਹ ਕੇ ਅਤੇ ਉਹ ਤਿਲ ਗਿਆ ਮੈਂ ਖਿੱਚ ਬੈਰ ਉੱਥੇ ਫਿਰ ਸਾਡੇ ਆਸਤੇ ਆਸਤੇ ਜੀ ਸਾਰੇ ਆ ਅਤੇ ਮੀਂਹ ਆਖੇ ਸੌਣ ਭਾਦੋਂ ਮੀਂਹ ਆਖੇ ਮੈਂ ਅੱਜੋ ਹੀ ਨਾ ਮੀਂਹ ਨਹੀਂ ਸੀ ਸਾਡਾ ਬੜਾ ਮੀਂਹ ਪੈਂਦਾ ਸੀ ਨਾ ਭੁੱਖ ਨਾ ਧਿਆ ਇਸੇ ਤਰ੍ਹਾਂ ਜੀ ਕਰਨਾ ਟੁੱਕਰ ਜੋੜਨਾ ਜੀ ਕਰਨਾ ਨਾ ਫਿਰ ਨਾਲ ਵਾਲਾ ਆਏ ਫਿਰ ਡੰਗਰ ਫੜ ਕੇ ਹਲਾਲ ਕਰਕੇ ਲੂਣ ਪਾ ਕੇ ਅਤੇ ਉਹ ਫਿਰ ਕਿਸੇ ਨੇ ਬੋਟੀ ਖਾ ਲੈਣੀ ਕਿਸੇ ਨੇ ਨਾ ਖਾ ਲੈਣੀ ਕੀ ਅਗਰ ਸੁਖੀਆ ਜਾਣ ਦੁਖੀਆ ਜਾਣਦਾ ਕਿ ਸਾਰ ਦੁੱਖ ਦੀ ਦੁੱਖ ਪੁੱਛ ਲਓ ਕਿਸੇ ਬਿਮਾਰ ਕੋਲੋਂ ਇਹ ਤਾਂ ਹੈਂਟਰੀਆਂ ਜਿਹੜੀਆਂ ਇਹ ਬੜੀਆਂ ਜ਼ਖਮ ਹੋ ਜਾਂਦੇ ਨੇ ਅੰਦਰ ਦੇ ਜਿਹੜੀਆਂ ਇਹ ਨੇ ਅਤੇ ਸ਼ੁਕਰ ਬਹੁਤ ਮਾੜੇ ਹਾਲਾਤ ਸੀ ਬੜੇ ਮਾੜੇ ਹਾਲਾਤ ਪੁੱਤ ਅਸੀਂ ਪੁੰਜਿਆ ਅਸੀਂ ਅਸੀਂ ਨਾ ਆਹ ਜਿਹੜਾ ਕਲਰ ਆ ਕਲਰ ਨਾਲ ਕੱਪੜੇ ਧੋਤੇ ਅਸੀਂ ਮੰਜੀਆਂ ਦੇ ਥੱਲੇ ਅਸੀਂ ਪੁੰਜੇ ਸੁੱਤੇ ਅਸਾਂ ਬੜਾ ਕੁਛ ਵੇਖਿਆ ਅਸਾਂ ਰਾਤ ਨੂੰ ਮੇਰੇ ਦੋ ਮੁੰਡੇ ਸਨ ਇੱਕ ਹੁਣ ਬਹੁਤ ਵੱਡਾ ਵਿਆਹ ਵਧਿਆ ਹੋਇਆ ਦੋ ਉੱਥੇ ਹੋ ਗਿਆ ਉਹਨਾਂ ਨੂੰ ਸੋਹਣਾ ਬੜਾ ਸੀ ਉਹਨਾਂ ਨੂੰ ਕੱਪੜੇ ਨਾ ਪਾਉਣੇ ਵੀ ਸਾਬਣ ਕਿੱਥੋਂ ਲਊ ਇਹਨੂੰ ਕੱਪੜਾ ਕਿੱਥੋਂ ਲੈ ਕੇ ਇੱਦਾਂ ਸਿਆਲ ਦੇ ਵਿੱਚ ਲੱਗ ਗਏ ਨਾ ਇੱਕ ਮੇਰਾ ਨਾਨਾ ਸੀ ਇੱਕ ਉਹਨਾਂ ਦਾ ਕੰਬਲ ਲੈ ਕੇ ਅਤੇ ਲੰਮਿਆਂ ਪਾਲ ਬੜੇ ਵੇਖੇ ਨੇ ਆਪ ਜਾਈਆਂ ਭਰੀਆਂ ਬਿਸਤਰੇ ਦੋਹਰੇ ਦੋਹਰੇ ਛੱਡੇ ਸਾਰਾ ਕੁਝ ਉੱਥੇ ਰਹਿ ਗਿਆ ਸਭੋ ਕੁਝ ਹੁਣ ਫਿਰ ਹੱਥੀਂ ਬਣਾਇਆ ਬੜਾ ਫਿਰ ਆਣ ਕੇ ਇੱਧਰ ਆਏ ਆ ਨਾ ਉੱਥੋਂ ਨਹੀਂ ਸੀ ਕਪਾਹ ਹੁੰਦੀ ਚਿੱਤਈਆਂ ਖੇਸ ਬੜਾ ਬਣਾਇਆ
ਅੱਲਾਹ ਦਾ ਅੱਛਾ ਇਹ ਦੱਸੋ ਤੁਸੀਂ ਮੈਂ ਪੁੱਛਣਾ ਹੁੰਦਾ ਵੀ ਪਹਿਲਾਂ ਤੁਸੀਂ ਦੱਸਿਆ ਵੀ ਬਾਬਿਆਂ ਦੇ ਕੋਲ ਸਿੱਖਾਂ ਦੇ ਬਾਬੇ ਵੀ ਹਿੰਦੂਆਂ ਦੇ ਵੀ ਇੱਕ ਦੂਜੇ ਨੂੰ ਆ ਕੇ ਬਹਿੰਦੇ ਸੀ ਹਾਂਜੀ ਉਦੋਂ ਕੀ ਹੋ ਗਿਆ ਵੀ ਇੱਕ ਦੂਜੇ ਨੂੰ ਇੰਨਾ ਮਾਰਨ ਡੈ ਪਏ ਪੁੱਤ ਮੇਰੀ ਸੁਣ ਗੱਲ ਇੱਕ ਸਾਡਾ ਮੁਲਕ ਹੀ ਨਾ ਹੋਵੇ ਸਾਡਾ ਮੁਲਕ ਨਹੀਂ ਸੀ ਉਹ ਰਹਿ ਗਿਆ ਜਦੋਂ ਪਾਕਿਸਤਾਨ ਸੀ ਨਾ ਉਦੋਂ ਹੀ ਰਹਿ ਜਦੋਂ ਹਿੰਦੁਸਤਾਨ ਹੋ ਗਿਆ ਉੱਥੇ ਨਹੀਂ ਰਹਿ ਉੱਥੇ ਤਾਂ ਫਿਰ ਮਾਰਾ ਵਾਢੀ ਇੱਧਰ ਜੱਟਾਂ ਦੀ ਮੁਸਲਮਾਨ ਕਰਦੇ ਸਨ ਅਤੇ ਉੱਧਰ ਉਹ ਸਾਡੀ ਕਰਦੇ ਸਨ ਉਦੋਂ ਨਹੀਂ ਸੀ ਦੀਦ ਮਰੀਦ ਦਾ ਕੋਈ ਵੀ ਨਾ ਅੱਛਾ ਇਹ ਸਾਰੇ ਹਾਲਾਤ ਜਿਹੜੇ ਆ ਕਤਲੇਆਮ ਤੇ ਵੜ ਢਾਂਗਾ ਜਿਹੜਾ ਸਾਰਾ ਅੱਖੀ ਤੁਸੀਂ ਹਾਂ ਅੱਖੀ ਵੇਖਿਆ ਅੱਖੀ ਵੇਖ ਕੇ ਉੱਤੋਂ ਦੀ ਲੰਘ ਕੇ ਆਇਆ ਇਹ ਕਰੀ ਵੀ ਕੋਈ ਬੱਚਾ ਅੱਜ ਹੁਣ ਵੀ ਕਦੀ ਉਹ ਜ਼ਿਹਨ 'ਚ ਕੋਈ ਗੱਲ ਆਉਂਦੀ ਚੇਤਾ ਆਉਂਦਾ ਆਉਂਦਾ ਰਾਤ ਨੂੰ ਚੇਤਾ ਪਿੰਡਾਂ ਦਾ ਆਉਂਦਾ ਵਾ ਹੁਣ ਆਉਂਦੇ ਨੇ ਵੀ ਮੈਂ ਆਖਾਂ ਵੀ ਆ ਕਰਦੀਆਂ ਵੀ ਜਾਂਦੇ ਨੇ ਬਣਾਈਏ ਅਤੇ ਉੱਥੇ ਜਾਂਦੇ ਨੇ ਕਹਿੰਦੇ ਪਿੰਡਾਂ 'ਚ ਮੈਂ ਜੇ ਪਿੰਡਾਂ 'ਚ ਨਹੀਂ ਜਾਣਦੇ ਨੇ ਫਿਰ ਕੀ ਲੈਣ ਜਾਣਾ ਮੈਂ ਕਿਹਾ ਬੰਦਾ ਪਿੰਡ ਜਾਵੇ ਆਪਣਾ ਘਰ ਬਾਰ ਵੇਖੇ ਆਪਣਾ ਫਿਰੇ ਤੁਰੇ ਲਾਗੇ ਵੀ ਕੀ ਹਾਲਾਤ ਨੇ ਨਾ ਹੁਣ ਬਣੇ ਸਬਬ ਹੈਂ ਆਪਣਾ ਲੱਭ ਲਓਗੇ ਘਰ ਘਰ ਹਾਂ ਮੈਂ ਕਿਹੜਾ ਵੀ ਉਹਨੇ ਮੈਨੂੰ ਭੁੱਲਿਆ ਮੈਨੂੰ ਬੈ ਆਪਣਾ ਬੈਠਕਾਂ ਮੇ ਸਾਡੀਆਂ ਦੀਵਾਨ ਖਾਨੇ ਘਰ ਸਾਡੇ ਸਾਰੇ ਪਤਾ ਉਸੇ ਤਰ੍ਹਾਂ ਸ਼ੀਸ਼ੇ ਵਾਂਗੂੰ ਦੇਖਦੇ ਨੇ ਸ਼ੀਸ਼ੇ ਵਾਂਗੂੰ ਹਾਂ ਹਾਂ ਉਸੇ ਤਰ੍ਹਾਂ ਦੇਖਦੇ ਨੇ ਕਿਹੜਾ ਆਪਾਂ ਭੁੱਲਿਆ ਉਹਦੇ ਕੋਲ ਜਾਣਾ ਹੋਵੇ ਤਾਂ ਫਿਰ ਤਾਂ ਭੁੱਲ ਹੋਵੇ ਨਾ ਸਾਰੇ ਮੈਂ ਨਹੀਂ ਆ ਬੱਚੇ ਸੁੱਟ ਗਿਆ ਐਡੀ ਕੁ ਮੇਰੀ ਭੈਣ ਸੀ ਮੇਰਾ ਬਾਬਾ ਆਉਂਦਾ ਇਹਨੂੰ ਸੁੱਟ ਦੇ ਹੁਣ ਮੈਂ ਠੱਡੀਆਂ 'ਚ ਸੁੱਟ ਆਈ ਮੈਂ ਫਿਰ ਚਲੇ ਗਈ ਖਾਨ ਫਤਿਹ ਵੱਡੇ ਉੱਥੇ ਜਸਾ ਇਕੱਠਾ ਹੋਣ ਡਿਆ ਸੀ ਅਤੇ ਸੇਖਾਂ ਦੇ ਤੁਹਾਡਾ ਇੰਤਜ਼ਾਮ ਕਰਨੇ ਆ ਅਤੇ ਦਾਵਾਂ ਵੱਲ ਸਾਡੇ ਸਾਡੀ ਕਾਫਲਾ ਬਣ ਰਿਹਾ ਸਾਨੂੰ ਮਾਰਨ ਨੂੰ ਉਹਨੇ ਮਾਰਨਾ ਸੀ ਆਣ ਕੇ ਕਤਲ ਕਰ ਉਹ ਫਿਰ ਪਤਾ ਲੱਗਾ ਇਹ ਫਿਰ ਉਹ ਮੈਂ ਵੇਖਿਆ ਨਾ ਮੇਰੀ ਭੈਣ ਕੁੜੀ ਐਡੀ ਕੁ ਉਹ ਮੈਂ ਵੇਖਿਆ ਤੂੰ ਉੱਥੇ ਹੀ ਬੈਠੀ ਮੈਂ ਉਹਨੂੰ ਫਿਰ ਚੁੱਕ ਲਿਆ ਬਾਬੇ ਨੇ ਆਖਿਆ ਮੈਂ ਆਹੋ ਤੇ ਮੈਂ ਆਖਿਆ ਮੇਰਾ ਮੁੜਕੇ ਬਾਬੇ ਐਡੇ ਐਡੇ ਹਾਲਾਤ ਖਰਾਬ ਹੋ ਗਏ ਲੋਕਾਂ ਨੇ ਨਾ ਲੋਕੇ ਪੁੱਤ ਸੁੱਟੇ ਨਹਿਰਾਂ 'ਚ ਕੁੜੀਆਂ ਪੁੱਤ ਸੁੱਟੇ ਕਈਆਂ ਨੇ ਨਹਿਰਾਂ 'ਚ ਸਿੱਖਾਂ ਨੂੰ ਨਾ ਪੁੱਤ ਵੇਖ ਖਿੱਦੂ 'ਤੇ ਪਿੜੀਆਂ ਪਈਆਂ ਕਿੱਡਾ ਸੋਹਣਾ ਫੁੱਲ ਤੇ ਲੀੜਾ ਅਸੀਂ ਉਦੋਂ ਦਾ ਅਜੇ ਹੋਇਆ ਸੀ ਅਤੇ ਮਜੀਠੇ ਦੇ ਨਹਿਰ ਦੇ ਉੱਤੇ ਉਦੋਂ ਉਹਨਾਂ ਅੰਬਰਸਰ ਲੜਾਈ ਸਿੱਖ ਬੈਠੇ ਅਸੀਂ 6-7 ਜਣਿਆਂ ਨਾਲ ਬੰਦੇ ਵਿਆਹ ਚੱਲੇ ਸੀ ਸਾਨੂੰ ਨਹੀਂ ਪਤਾ ਅਸਾਂ ਆਖਿਆ ਜੇ ਸਿੱਖਾਂ ਨੇ ਕੋਈ ਆਖਿਆ ਨਾ ਸਿੱਖਾਂ ਦੇ ਹੱਥੋਂ ਨਾ ਮਰਿਓ ਨਹਿਰ 'ਚ ਪੈ ਕੇ ਮਰ ਜਾਇਓ ਛਾਲਾ ਨਹਿਰ 'ਚ ਮਾਰ ਦਿਓ ਅਤੇ ਸਿੱਖਾਂ ਦੇ ਹੱਥੋਂ ਨਾ ਮਰਿਓ ਉਹ ਫਿਰ ਵੇਖੇ ਤਾਂ ਮੁਸਲਮਾਨ ਇੱਕ ਬੰਨੇ ਇੱਕ ਬੰਨੇ ਨਾਲ ਦਾਣੇ ਬਣਾਏ ਅਤੇ ਨਾਲੇ ਗੋਰ ਭੁੱਖੇ ਭਾਣੇ ਲੋਕਾਂ ਨੂੰ ਫਿਰ ਦੇਣ ਫਿਰ ਲਾਗੇ ਪਿੰਡ 'ਚ ਅਸੀਂ ਉੱਥੇ ਫਿਰ ਚਲੇ ਗਏ ਫਿਰ 2 ਦਿਨ ਰਹੇ ਅਤੇ ਫਿਰ ਅਸੀਂ ਤੁਰ ਕੇ ਫਿਰ ਆ ਗਏ ਸ਼ੁਕਰ ਦੱਸਿਆ ਵੀ ਲੋਕ ਨਿਆਣੇ ਵੀ ਛੱਡ ਆਏ ਛੱਡ ਆਏ ਪੁੱਤ ਪਹਿਲਾਂ ਸੁੱਟ ਆਏ ਮਾਸ਼ਾ ਅੱਲਾਹ ਉਹਦੇ 5 ਬੱਚੇ ਮੇਰੇ ਮੁੰਡਿਆਂ ਨੇ ਮੈਂ ਬਦਮਾਸ਼ ਮੈਂ ਨਾ ਲਿਆਉਂਦੀ ਤਾਂ ਉਹ ਮਾਸੀ 13 ਨਹੀਂ ਦੇਣ ਦੇ ਸਕਦੀ ਮੈਂ ਸਾਰਿਆਂ ਨਾਲ ਨੇਕੀ ਹਰ ਇੱਕ ਨਾਲ ਕਰਨੀ ਮੈਂ ਉਸ ਖਦਾਰ ਉਹ ਖਦਾ ਦੇਗਾ ਉਸ ਅੱਲਾ ਕੇ ਦੁਆ ਕਰ ਕਿੰਨੀ ਦੇਰ ਬਾਅਦ ਗਏ ਵੇਖਣ ਵੀ ਉੱਥੇ ਬੈਠੇ ਉਹ ਅਸੀਂ ਮੁੜ ਕੇ ਆ ਗਏ ਨਾ ਉੱਥੋਂ ਜਾਂਦੇ ਪਿੰਡੋਂ ਆਏ ਨਾ ਅਤੇ ਇੱਦਾਂ ਜੀ ਕੋਈ ਨਹਿਰ ਵਾਹਵਾ ਨਹਿਰਾਂ 'ਚ ਖੱਡੇ ਖੁੱਡੇ ਹੁੰਦੇ ਵੱਡੀਆਂ ਨਹਿਰਾਂ ਉੱਥੇ ਮੇਰਾ ਬਾਬਾ ਦਾ ਇਹਨੂੰ ਇੱਥੇ ਸੁੱਟ ਦੇ ਮੈਂ ਸੁੱਟ ਦੇ ਮੈਂ ਜੇ ਨਾ ਹੋਏ ਨਾ ਮੈਨੂੰ ਖੁੰਡਿਆ ਨਾ ਇਹਨੇ ਮੈਨੂੰ ਮਾਰ ਸੁੱਟਣਾ ਹਾਂ ਨਾ ਸੁੱਟਿਆ ਤੇ ਫਿਰ ਮੈਂ ਥੋੜ੍ਹਾ ਚਿਰ ਉੱਥੇ ਵੀ ਛੱਡ ਅਸੀਂ ਕੋਈ ਖੇਤ 'ਚ ਤਈਆਂ ਸੰਦੂਕ ਖੋਲ੍ਹੇ ਫਿਰ ਉੱਥੇ ਛੱਪੜਾਂ 'ਚ ਅਸੀਂ ਉਹ ਵੀ ਸੁੱਟ ਦਿੱਤੇ ਫਿਰ ਉਸ ਵੇਲੇ ਜੇ ਪਤਾ ਲੱਗਾ ਨਾ ਵੀ ਜੈਸਾ ਫਿਰ ਸਾਡੇ ਲਈ ਤਿਆਰ ਉੱਥੋਂ ਫਿਰ ਤੁਰ ਪਏ ਉਹ ਵੇਖਿਆ ਨਾ ਤੇ ਉਹ ਐਮ ਕਰਕੇ ਬੈਠੀ ਉੱਦਾਂ ਹੀ ਬੈਠੀ ਜਿੱਦਾਂ ਬੈਠੀ ਹੁਣ ਫਿਰ ਮੈਂ ਸੱਜੇ ਖੱਬੇ ਵੇਖਿਆ ਨਾ ਬਾਬਾ ਵੀ ਗਾਂਹ ਫਿਰ ਮੈਂ ਉਹਨੂੰ ਚੁੱਕ ਲਿਆ ਫਿਰ ਗਾਂਹ ਹੋ ਕੇ ਨਾ ਅਤੇ ਮੈਂ ਨਹੀਂ ਵੀ ਮਾਂ ਦਾਦੀ ਨੂੰ ਮੈਂ ਵੀ ਮੀਆਂ ਨਾ ਵੇਖ ਲਿਆ ਅਤੇ ਮੈਂ ਸ਼ਾਇਦ ਇੱਦਾਂ ਸੀ ਅਤੇ ਮੈਂ ਉਹਨੂੰ ਫਿਰ ਲੈ ਆਈ ਉਹ ਫਿਰ ਮੇਰੀ ਮਾਂ ਮੇਰੀ ਅੰਮੀ ਮੇਰੀ ਆਉਂਦੀ ਹੈ ਮੈਂ ਆਖਿਆ ਬੀਬੀ ਇੱਦਾਂ ਵਾਂ ਅਤੇ ਹੁਣ ਆਲਮੇ ਇਹਨੂੰ ਤਾਂ ਸ਼ਰੀਫਾਂ ਹੋਣਾ ਉਹਨੂੰ ਅਤੇ ਮੈਂ ਆਖਿਆ ਇਹਨਾਂ ਨੂੰ ਲੈ ਜਾਓ ਨਹੀਂ ਤਾਂ ਮੀਆਂ ਨੇ ਕਿ ਕੁੜੀਆਂ ਨੂੰ ਆਖਣਾ ਇਹਨਾਂ ਨੂੰ ਇੱਥੇ ਛੋਟ ਜੋ ਨਹਿਰ ਤਾਂ ਛੋਟ ਜੋ ਲਈ ਚਲੋ ਚੁੱਪ ਕਰਕੇ ਬਥੇਰੇ ਪਰੋਤੇ ਹਾਲਾਤ ਬੜੇ ਵੇਖੇ ਨੇ ਹੁਣ ਤਾਂ ਅੱਲਾ ਦਾ ਸ਼ੁਕਰ ਹੈ ਅੱਲਾ ਤਾਲਾ ਦਾ ਨਾ ਦਿਨ ਉਹ ਰਹੇ ਨੇ ਅੱਗੇ ਪਤਾ ਵੀ ਨੰਗੇ ਮਾਰੇ ਵੀ ਨੰਗੇ ਚੰਗੇ ਵੀ ਨੰਗੇ ਅੱਛਾ ਵੀ ਹੁਣ ਉੱਥੇ ਇੰਨੀ ਉਮਰ ਹੰਡਾਈ ਵਿਆਹ ਵੀ ਦੱਸਿਆ ਉੱਥੇ ਹੁਣ ਬੜਾ ਉੱਥੇ ਕਰਦਾ ਆਪਣਾ ਵੇਖਣ ਨੂੰ ਠਾਣ ਲੈਣਾ ਕਰਦਾ ਵੇਖਣ ਨੂੰ ਦਿਲ ਬੜਾ ਕਰਦਾ ਆਪਣਾ ਮੁਲਕ ਜਿਹੜਾ ਨਾ ਆਂਦੇ ਨਾ
ਬਾਬਲਾ ਮੈਂ ਤੇਰੇ ਕੋਲ ਇੱਕ ਮਿੱਟੀ ਦੀ ਮੁੱਠ ਲੈ ਮੈਂ ਕੁਛ ਲੈਣ ਦੇ ਮੈਂ ਮਿੱਟੀ ਦੀ ਮੁੱਠ ਮੈਂ ਨਾ ਸਿਰਫ ਮੈਂ ਤੁਹਾਡੇ ਕਬਰਸਤਾਨ ਵੇਖਣ ਆਈ ਹਾਂ ਵੇਖੇ ਨਾ ਲੈਣ ਦੀ ਕਿਹੜੀ ਗੱਲ ਆ ਹੁਣ ਭਰਾ ਮਾਰੀਆਂ ਭਰਜਾਈਆਂ ਤਰਲੇ ਲੈਂਦੀਆਂ ਆਹੋ ਮੈਂ ਕਹਿੰਦੀ ਵੀ ਇਹ ਸ਼ਹਿਰ ਹੀ ਖਾਲੀ ਹੋ ਗਿਆ ਇੱਥੇ ਕੀ ਲੈਣ ਆਉਂਦੀਆਂ ਵੀ ਆਪਾਂ ਸਾਰੇ ਜਹਾਨ ਨਾ ਮਾਸ਼ਾਅੱਲਾ ਭਰਾ ਸਨ ਤਿੰਨ ਚਾਰ ਇੱਕੋ ਜਿਹੇ ਪਤਾ ਹੀ ਨਹੀਂ ਸੀ ਅੱਲਾ ਦਾ ਸ਼ੁਕਰੀਆ ਚਲੋ ਜੇ ਬਣਿਆ ਸਬੱਬ ਤੇ ਵੀਡੀਓ ਤੁਹਾਡੀ ਚੰਡੀਗੜ੍ਹ ਤੱਕ ਵੀ ਪਹੁੰਚ ਜਾਣੀ ਅੱਛਾ ਫਿਰ ਅੱਲਾ ਕਰੇਗਾ ਬਣਿਆ ਸਬੱਬ ਫਿਰ ਤੁਹਾਨੂੰ ਪਿੰਡ ਜਿਹੜਾ ਵਾ ਜਦੋਂ ਗਏ ਪਿੰਡ ਦੇ ਬਾਹਰ ਤੇ ਫਿਰ ਤੇ ਉੱਥੇ ਖਲਾ ਦਾਂਗੇ ਤੁਹਾਨੂੰ ਪਿੰਡੋਂ ਬਾਅਦ ਤੁਸੀਂ ਪਹੁੰਚ ਹੀ ਜਾਓਗੇ ਕਿੱਥੇ ਸੀ ਘਰ ਘਰ ਤੇ ਪਛਾਣੇ ਜਾਂਦੇ ਨੇ ਘਰ ਜਿਸ ਵੇਲੇ ਆਉਂਦੇ ਨੇ ਉੱਥੇ ਪਛਾਣ ਲੈਂਦੇ ਨੇ ਘਰਾਂ ਹੁਣ ਕੀ ਪਤਾ ਉਹ ਘਰ ਰਿਹਾ ਕਿ ਉਹਨਾਂ ਨੇ ਇੱਕ ਵੀ ਘਰ ਛੱਡੇ ਨੇ ਸਾਡੀ ਤਰ੍ਹਾਂ ਇੱਥੇ ਹੀ ਬਦਲ ਬਦਲ ਹੀ ਗਿਆ ਹੋਣਾ ਕੀ ਪਤਾ ਇੱਕ ਵੀ ਨਹੀਂ ਘਰ ਛੱਡੇ ਉਹਨਾਂ ਕੋਈ ਪਤਾ ਨਹੀਂ ਜੀ ਮਾਂ ਜੀ ਨਾਲ ਗੱਲਬਾਤ ਕੀਤੀ ਸਾਂਝੀ ਜਿੰਨਾ ਪਾਰਟੀਸ਼ਨ 1947 ਦੀ ਵੰਡ ਵੇਖੀ ਤੇ ਉਹਨਾਂ ਹਾਲਾਤਾਂ 'ਤੇ ਗੱਲਬਾਤ ਕੀਤੀ ਬੜੀਆਂ ਸੋਹਣੀਆਂ ਅਤੇ ਵਧੀਆ ਗੱਲਾਂ ਕੀਤੀਆਂ ਮਾਂ ਉਹਨਾਂ ਨੇ ਦੱਸੇ ਸਾਰੇ ਹਾਲਾਤ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਿੰਨਾ ਇਹਨਾਂ ਬਜ਼ੁਰਗਾਂ ਨੇ ਸਾਰਾ ਕੁਛ ਵੇਖਿਆ ਇਹ ਪੀੜਾਂ ਸੱਟਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਅਤੇ ਆਉਣ ਵਾਲੀ ਜਨਰੇਸ਼ਨ ਤੱਕ ਜਿਹੜੀਆਂ ਵੀਡੀਓਜ਼ ਨੇ ਉਹ ਵੇਖਣਗੇ ਕਿ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਕਿਵੇਂ ਆਜ਼ਾਦੀ ਲਈ ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਇਸ ਤਰ੍ਹਾਂ ਦੇ ਪ੍ਰੋਗਰਾਮਸ ਪੰਜਾਬੀ ਲਹਿਰ ਦੀ ਟੀਮ ਹੋਪਫੁਲੀ ਜਿੰਨੀ ਦੇਰ ਤੱਕ ਰੱਬ ਨੇ ਸਾਹ ਰੱਖਿਆ ਇਹ ਵੀਡੀਓਜ਼ ਇਹ ਪ੍ਰੋਗਰਾਮ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਝੂਰ ਕੋਟਲੀ ਅਤੇ ਵਿਖਾਉਂਦੇ ਹਾਂ ਪਿੰਡ ਦੀਆਂ ਗਲੀਆਂ ਮੁਹੱਲੇ ਅਤੇ ਕੁਝ ਲੋਕ ਜਿਹੜੇ ਇੱਥੋਂ ਪਾਰਟੀਸ਼ਨ ਤੋਂ ਪਹਿਲਾਂ ਇੱਥੋਂ ਇੱਥੇ ਵੱਸਦੇ ਸਨ ਸਾਂਗਲਾ ਹਿੱਲ ਪਿੰਡ ਝੂਰ ਕੋਟਲੀ ਉਹਨਾਂ ਵਾਸਤੇ ਇਹ ਵੀਡੀਓ ਜਿਹੜੀ ਵਾ ਮਾਂ ਜੀ ਨਾਲ ਗੱਲਾਂ ਕੀਤੀਆਂ ਸਾਨੀਆਂ ਇਸ ਤੋਂ ਬਾਅਦ ਪਿੰਡ ਦੀਆਂ ਜਿਹੜੀਆਂ ਗਲੀਆਂ ਮੁਹੱਲੇ ਜਿਹੜੀਆਂ ਜਿਨ੍ਹਾਂ ਦੀਆਂ ਯਾਦਾਂ ਉਹਨਾਂ ਲੋਕਾਂ ਦੀਆਂ ਇਸ ਪਿੰਡ ਦੇ ਨਾਲ ਜੁੜੀਆਂ ਨੇ ਉਹਨਾਂ ਵਾਸਤੇ ਆ ਅਤੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਝੂਰ ਕੋਟਲੀ ਅਤੇ ਮਿਲਦੇ ਹਾਂ ਫਿਰ ਰੱਬ ਰੱਖਾ